ਬਿਸਮਿਲ੍ਲਾ ਰਹਿਮਾਨ ਰਹੀਮ। ਸਾਡੇ ਵੇਖਣ ਵਾਲਿਆਂ ਸਾਰਿਆਂ ਨੂੰ ਅਸਲਾਮ ਅਲੈਕੁਮ ਜਨਾਬ। ਸਾਡਾ ਚੈਨਲ ਸਬਸਕ੍ਰਾਈਬ ਵੀ ਕਰਨਾ ਅਤੇ ਵੀਡੀਓ ਲਾਈਕ ਵੀ ਕਰਨੀ ਹੈ। ਅੱਜ ਜਨਾਬ ਅਸੀਂ ਦਾਨਿਸ਼ ਇਕਬਾਲ ਦੇ ਡੇਰੇ 'ਤੇ ਆਏ ਹਾਂ। ਇਹਦੇ ਕੋਲ ਕੋਈ ਮੱਝ ਵੇਚਣ ਵਾਲੀ, ਅਤੇ ਉਹ ਜਨਾਬ ਤੁਹਾਨੂੰ ਨਾਲੇ ਮੱਝ ਵਿਖਾਉਂਦੇ ਹਾਂ, ਨਾਲੇ ਇਹਦਾ ਡੇਰਾ ਸ਼ੇਰਾ ਤੁਹਾਨੂੰ ਵਿਖਾਉਂਦੇ ਹਾਂ। ਅੱਜ ਹੀ ਸਾਹਿਬ ਤਾਰ ਪੇ ਕੱਢਦੇ ਨੇ ਕਮਾਜ ਦੀ। ਇਹ ਜਨਾਬ ਇਹਨਾਂ ਕੋਲ ਮਾਲਦਾਰੀ, ਇਹ ਕੋਈ ਪੁਰਾਣੇ ਆ ਕੇ ਬੈਠੇ ਨੇ ਇਹਨਾਂ ਕੋਲ, ਅਤੇ ਇਹ ਦਾਨਿਸ਼ ਸਾਹਿਬ ਨੇ। ਦਾਨਿਸ਼ ਮਾਈ ਵਹਾਓ ਹਾਂ, ਐਂ ਟੋਰੋ ਸਵਾ ਥੋੜ੍ਹਾ ਜਿਹਾ ਪਰਾਂ ਪਰਾਂ ਦੇ ਟੋਰ ਖਲੋ ਜਾ। ਮੱਝ ਚੰਗੀ ਸੋਹਣੀ ਹੈ, ਟੋਰੋ ਸੋ ਆਰਾਮ ਨਾਲ, ਬਸ ਠੀਕ ਵਾਪਸ ਲੈ। ਅੱਛਾ, ਕੇ ਕੋ ਇਹਦਾ ਮੁੱਲ ਛੋਲੇ ਦਾਨਿਸ਼, ਅਤੇ ਕੇ ਮੱਝ ਦੁੱਧ ਕਿੰਨਾ ਦਿੰਦੀ ਹੈ? ਦੂਜੇ ਸਵੇ ਝੋਟੀ ਕਾਲੀ ਬੁੱਸੀ ਏ, ਕੱਟੀ ਮਗਰ ਏ। ਅੱਛਾ, ਮੱਝ ਦੀ ਪਿਛਲੀ ਜੋੜੀ ਚੋਈਦੀ ਏ ਤੇ ਦੁੱਧ 10-12 ਸਿਰ ਦਿੰਦੀ ਏ। ਅੱਛਾ, ਮੱਝ ਦਾ ਦੁੱਧ ਮੁੱਲ 2,20,000 ਰੁਪਈਆ। ਲੋ ਜੀ, ਸਾਰਿਆਂ ਭਰਾਵਾਂ ਸੁਣ ਲਿਆ, ਤੇ ਇਹ ਜਨਾਬ ਜਿਹਨੂੰ ਜਿਸ ਵੀਰ ਭਰਾ ਨੇ ਲੈਣੀ ਏ, ਵੇ ਗੱਡੀ ਦਾ ਕਿਰਾਇਆ ਸ਼ਾਇਆ ਚਲੋ ਆ ਛੱਡ ਦੇਣ ਦੇ, ਇਹ ਨਾਲ ਲੰਦੇ ਦਿੰਦੇ ਰਹਿੰਦੇ ਨੇ, ਇੰਨਾ ਕੁ ਵਾਧਾ ਘਾਟਾ ਕਰ ਲੈਂਦੇ ਨੇ। 2-3 ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ। ਮਾਈ ਕੋਲ ਜਿਹੜਾ ਦੁੱਧ ਦੱਸਿਆ ਪੂਰਾ ਹੋਵੇਗਾ, ਕੱਟੀ ਮਾਈ ਦੇ ਮਗਰ ਉਹ ਕੱਟੀ ਦੇ ਕੈਮਰਾ ਮਾਰੋ। ਅੱਛਾ ਜੀ, ਇਹ ਜਨਾਬ ਕੱਟੀ ਇਹ ਜਿਹੜੀ ਜੀ। ਅੱਛਾ, ਉਨੀ ਵੱਡੀ ਜਿਹੜੀ ਇਹਦੀ ਹੈ ਉਹਦੇ 'ਤੇ ਮਾਰਨੇ ਆ। ਲਓ ਜੀ, ਇਹ ਮੱਝ 2,20,000 ਰੁਪਈਆ, ਥੋੜ੍ਹਾ ਟੋਰੋ ਸੀ ਮੱਝ ਨੂੰ। ਇਹ ਜਨਾਬ 2,20,000 ਰੁਪਈਆ ਮੰਗਦੇ ਜੇ, ਅਤੇ ਕੋਈ ਪਿਆਰ ਇਹ ਦੇਣ ਲੈਣ ਵਾਲੇ ਵਾਰੀ ਬੰਦੇ ਨੇ, ਅਤੇ ਕੋਈ ਪਿਆਰ ਮੁਹੱਬਤ ਕਰ ਲੈਣ ਦੇ। ਜੇ ਕਿਸੇ ਭਰਾ ਨੂੰ ਪਸੰਦ ਹੋਵੇ ਤਾਂ ਉਹ ਆ ਕੇ 2 ਟਾਈਮ ਆਪਣੀ ਚੋ ਕੇ ਅਤੇ ਪਸੰਦ ਕਰਕੇ ਜਨਾਬ ਲੈ ਸਕਦਾ, ਅਤੇ ਬਾਕੀ ਜਨਾਬ ਨਸੀਬ ਹੁੰਦੇ ਨੇ। ਪੱਕੇ ਚੱਡੇ ਦੀ ਮੱਝ ਜੇ, ਸਿਫਤਾਂ ਸਾਰੀਆਂ ਚੰਗੀਆਂ, ਸੋਚ ਵੀ ਠੀਕ ਹੈ, ਸੌਖੀ ਹੈ ਮੱਝ। ਦੂਜੇ ਸੂਏ ਜੀ ਮੱਝ। ਅੱਛਾ, ਅਤੇ ਇਹ ਗਾਂ ਦੀ ਦੱਸਾਂ ਹਾਂ ਗੱਲ, ਇਹ ਬਧੋ ਹਾਂ। ਲਓ ਜੀ, ਹਾਜੀ ਸਾਹਿਬ ਪੇ ਕਹਿੰਦੇ ਨੇ ਜੀ ਗਾਂ ਕੋਲ ਇਹ ਗਾਂ ਹੈ, ਅਤੇ ਇਹਦੇ ਕੋਲ ਜਨਾਬ ਦੁੱਧ ਜਿਹੜਾ 9 ਲੀਟਰ, ਵੇਖੀ ਪਿੱਛੇ ਹਾਜੀ ਰਹਿੰਦੇ ਨਾ ਚੜ੍ਹ ਜੇ। ਵੱਛਾ ਮਗਰ ਜਨਾਬ ਗਾਂ ਦੇ, ਅਤੇ 10 ਦਿਨਾਂ ਦੀ ਸੂਈ ਹੈ, ਅਤੇ ਇਹ ਵੀ ਤੁਹਾਨੂੰ ਵਿਖਾਉਂਦੇ ਆਰਾਮ ਨਾਲ ਜੀ, ਆਰਾਮ ਨਾਲ। ਪਹਿਲੇ ਸੂਏ ਜਨਾਬ ਵਿਹੜੀ 'ਚ, ਅਤੇ ਗਾਂ ਚੰਗੀ ਆਰਾਮ ਨਾਲ ਖਲੋਣ ਦੇ ਸੋ, ਅਤੇ ਖਲੋਏ ਇੱਥੇ ਹੀ ਰੱਖ ਸਕ ਮਿੰਟ ਵੱਛੇ ਤੇ ਖਲੋਣ। ਇਹ ਜਨਾਬ ਗਾਂ ਹੈ, 9 ਲੀਟਰ ਦੁੱਧ ਦੱਸਦੇ ਨੇ, ਇਹਦਾ ਮੁੱਲ ਆਈ ਸਾਹਿਬ ਕਿੰਨਾ ਹੈ? ਇਹ ਜਨਾਬ 1,35,000 ਲੱਭਦਾ, ਅਤੇ 40 ਮੰਗਦੇ ਜੇ, ਅਤੇ ਇਹ ਵੀ ਕਿਸੇ ਭਰਾ ਨੂੰ ਜਨਾਬ ਚਾਹੀਦੀ ਹੋਵੇ ਅਤੇ ਕੋਈ ਸ਼ੌਂਕ ਰੱਖਦਾ ਹੋਵੇ, ਇਹ ਨਾਲ ਵੱਛਿਆ ਜੇ। ਅਤੇ ਜਨਾਬ ਸਜਰੀ ਸੂਈ ਗਾਂ ਹੈ, ਜਿਹੜੇ ਭਰਾ ਨੂੰ ਕੋਈ ਪਸੰਦ ਹੋਵੇ ਉਹ ਇਹਨਾਂ ਦਾ ਨੰਬਰ ਵੀ ਦੇ ਸਕਾਂਗੇ, ਉਹਨਾਂ ਨਾਲ ਰਾਬਤਾ ਕਰ ਲਈਓ। ਅਤੇ ਮੱਝ ਵੀ ਚੰਗੀ ਹੈ ਜਨਾਬ, ਗਾਂ ਵੀ ਚੰਗੀ ਇਹਨਾਂ ਕੋਲ, ਅਤੇ ਬਾਕੀ ਜਨਾਬ ਜਿਹਨੂੰ ਪਸੰਦ ਹੋਵੇ ਉਹ ਫਿਰ ਦਾਨਿਸ਼ ਨਾਲ ਰਾਬਤਾ ਕਰ ਲਈਓ, ਇਹਦਾ ਨੰਬਰ ਦਿੰਦੇ ਹਾਂ ਤੁਹਾਨੂੰ। ਅਤੇ ਇੱਕ ਵਾਰੀ ਮੱਝ ਫਿਰ ਹੁਣ ਖੁਰਲੀ 'ਤੇ ਖੜੀ ਜੀ, ਉਹ ਵਿਖਾਉਂਦੇ ਹਨ। ਇਹ ਜਨਾਬ ਮੱਝ ਦੀ ਕੱਟੀ ਹੈ, ਅਤੇ ਇਹ ਜਨਾਬ ਮੱਝ ਜੀ। ਇਹ ਜਨਾਬ ਮੱਝ, ਲਓ ਜੀ ਮੱਝ ਵੀ ਵੇਖ ਕੱਤੀ ਹੈ। ਇਹ ਵੱਛਾ ਵੀ ਦੇਣਾ ਜੀ ਹਾਜੀ ਜੀ, ਕਿ ਕੁਰਬਾਨੀ ਵਾਸਤੇ ਰੱਖਿਆ ਜੀ, ਇਹ ਵੀ ਵੇਚਣਾ ਨੇ ਜੀ, ਜੇ ਕਿਸੇ ਨੂੰ ਲੋੜ ਹੋਵੇ। ਅਤੇ ਇਹ ਦੂਜੀਆਂ ਮੱਝਾਂ ਇਹਨਾਂ ਦੀਆਂ ਜਨਾਬ, ਉਹ ਵੀ ਤੁਹਾਨੂੰ ਵਿਖਾ ਹੀ ਸੜੀਏ। ਇਹ ਮੱਝ ਨੂੰ ਕਹਿੰਦੇ ਜੀ ਇਹ ਟਰਪੈਨ ਹੈ, ਪੂਛਲ ਖੋਲ ਸਾੜ ਸੁਦਾਨਿਸ਼।
1.5 लाख रुपया दुध माज को 11 लीटर बचे तो बगैर ये बच्चे तो बगैर है जनाब 1.5 लाख रुपया कीमत जे दुध 11 लीटर दौ टाइम दसाया जे ना सारिया दौ टाइम का जनाब दुध 11 लीटर मूँह भी तुम विखाने जनाब परली मज दाने शायद जी नत्थ वाली है ये तो नहीं देनी ਇਹ ਵੀ ਹੈ ਜੇ ਜੀ ਜੇ ਕੋਈ ਵੇਖਣ ਆਵੇ ਇਹਦੇ ਕਿਸੇ ਦੇ ਪਸੰਦ ਆ ਜੇ ਤੇ ਇਹਦੇ ਕੱਟੀ ਜੇ ਤੇ ਮਗਰ ਇਹਦੇ ਮਗਰ ਕੱਟੀ ਜੇ 2 ਮਹੀਨੇ 2 ਮਹੀਨਿਆਂ ਦੀ ਸੂਈ ਜੇ ਆ ਸਿੰਘ ਦੇ ਫੇਰ ਮੈਂ ਸੋਹਣੇ ਸੋ ਤੇ ਇਹਦਾ ਪਿੱਛੇ ਤੁਹਾਨੂੰ ਪਿਛਲਾ ਪਾਸਾ ਵਿਖਾਉਂਦੇ ਆ ਹਾਂ ਇਹ ਮਾਂ ਇਹਦੇ ਡਰਦੀ ਹੈ ਸਾਡੇ ਦੀ ਵੀ ਥੋੜ੍ਹਾ ਜਿਹਾ ਪਰਾਂ ਕਰ ਸੋ ਪਿਛਲੇ ਪਾਸੇ ਮਾਰੀ ਉਸ ਕੈਮਰਾ ਉੱਥੇ ਯਾਰ ਵਾਲ ਪਰਾਂ ਪਿਆ ਬਸ ਖਲੋਣ ਦੇ ਹਾਂ ਇਹ ਜਨਾਬ ਵੇਖਣ ਨਹੀਂ ਜੇ ਦਿੰਦੀ ਪਿੱਛੋਂ ਹਲਦੀ ਹੈ ਲੋ ਜੀ ਇਹ ਜਨਾਬ ਮੱਝ ਇਹ ਵੀ ਦੇਣੀ ਨੇ ਜੇ ਕਿਸੇ ਭਰਾ ਨੂੰ ਇਹਦਾ ਕੋਈ ਮੁੱਲ ਛੁੱਲ ਕਿ ਇਹਦਾ ਆਇਆ ਹੀ ਦੇਣਾ ਦੱਸਣਾ ਜੇ ਇਹਦਾ ਜਿਸੇ ਕੋ ਆਇਆ ਫਿਰ ਦੱਸਾਂਗੇ ਲੋ ਜੀ ਇਹਦਾ ਜਿਸੇ ਕੋ ਆਇਆ ਫਿਰ ਦੱਸਣ ਤੇ ਬਾਕੀ ਗਾਂ ਤੇ ਮੱਝ ਦੂਜੀਆਂ ਦੋ ਮੱਝਾਂ ਦਾ ਦੱਸ ੜਿਆ ਨੇ ਤੇ